लुधियाना में कॉलोनाइजर एसोसिएशन की ओर से एक मीटिंग का आयोजन किया गया, जिसमें मुख्य अतिथि के तौर पर कैबिनेट मंत्री तृप्त रजिंदर सिंह बाजवा, कैबिनेट मंत्री भारत भूषण आशु व एमपी रवनीत सिंह बिट्टू के अलावा अन्य विधायक व कॉलोनाइजर मौजूद रहे। इस मीटिंग के दौरान इलीगल कॉलोनियों को लीगल करना और कॉलोनाइजर को पेश आ रही मुश्किलों पर विचार विमर्श किया गया तथा तृप्त रजिंदर सिंह बाजवा ने कहा कि चुनाव के दौरान मैनिफेस्टो में इन इलीगल कॉलोनियों को पक्का करने की बात कही गई थी, जिसको कैप्टन अमरिंदर सिंह की ओर से पूरी तरह से वचनबद्धता के साथ पूरा किया जा रहा है। वहीं उन्होंने कहा कि इस मामले में सभी पक्षों की बात सुनी गई है तथा आने वाले विधानसभा सेशन में इस मते को रखकर पास करवाया जाएगा तथा कॉलोनाइजरों को भरोसा दिया कि आने वाले समय में किसी प्रकार की उन्हें दिक्कतों का सामना नहीं करना पड़ेगा। ने अपने मैनीफेस्टो च एक गल्लां लिखियां सन, असी अपने मैनीफेस्टो नूं पूरे कमिटेड आ, जाखड़ साहब कमिटेड, कैप्टन साहब कमिटेड, सारी सरकार कमिटेड आ, पार्टी कमिटेड आ। जो मैनीफेस्टो च लिखिया वा करके विखाउणा, सेल परचेज जो कैप्टन साहब दे वेले पहलां सी उदू दूणी करके विखाउणी आ, आमदन जिहड़ी आ वधा के विखाउणी आ, पंजाब नूं इक तरक्की दे राह ते भजाउणा चढ़ाउणा ਤਾਂ ਜੋ ਪੰਜਾਬੀ ਵਧਣ ਫੁੱਲਣ, ਨਾ ਕਿ ਇਟਲੀ 'ਚ ਜਾ ਕੇ, ਕੈਨੇਡਾ ਜਾ ਕੇ, ਬਾਹਰ ਜਾ ਕੇ ਨੌਕਰੀਆਂ ਬਾਈ ਵੈਨਸਡੇ। ਬਾਕੀ ਫੈਸਲਾ ਕੈਪਟਨ ਸਾਹਿਬ ਦਾ ਵਾ, ਜੇ ਉਹਨਾਂ ਕਿਸੇ ਹੋਰ ਥਾਂ ਵੀ ਰਾਏ ਲੈਣੀ ਹੋਏਗੀ ਤਾਂ ਲੈ ਸਕਦੇ ਨੇ। ਮੇਰੀ ਪਾਲਿਸੀ ਮੰਗਲਵਾਰ ਨੂੰ ਕੈਪਟਨ ਸਾਹਿਬ ਦੇ ਟੇਬਲ 'ਤੇ ਹੋਏਗੀ ਫੈਸਲਾ ਉਹਨਾਂ ਦਾ। ਕੋਈ ਬਹੁਤਾ ਨਹੀਂ ਹੈਗਾ, 12,000 ਮੇਰਾ ਖਿਆਲ 13,000 ਆ, ਕੋਈ 7,000 ਸਾਡੇ ਮਹਿਕਮੇ ਕੋਲੋਂ ਹਾਊਸਿੰਗ ਕੋਲ, ਸਾਡੇ ਕੋਲ 5,000 ਜਿਹੜੀ ਆ ਲੋਕਲ ਬਾਡੀ ਦੇ ਇਨਸਾਈਡ। ਕਾਨੂੰਨ ਹਾਊਸਿੰਗ ਡਿਪਾਰਟਮੈਂਟ ਬਣਾਉਣਾ ਪਰ ਸਿੱਧੂ ਸਾਹਿਬ ਨਾਲ ਕੰਸਲਟ ਕਰਕੇ, ਸਿੱਧੂ ਸਾਹਿਬ ਦਾ ਮਹਿਕਮੇ ਦੇ, ਸਿੱਧੂ ਸਾਹਿਬ ਦਾ ਨਜ਼ਰੀਆ, ਸਿੱਧੂ ਸਾਹਿਬ ਦਾ ਨਜ਼ਰੀਆ ਸਰਕਾਰ ਦੇ ਨਾਲ ਆ, ਕੈਪਟਨ ਸਾਹਿਬ ਦੇ ਨਾਲ ਆ। ਮੇਰੇ ਸਤਿਕਾਰਯੋਗ ਵੱਡਾ ਛੋਟਾ ਭਰਾ ਵਾ, ਸੀਨੀਅਰ ਮੰਤਰੀ ਆ, ਉਹਨਾਂ ਦੀ ਹਰ ਗੱਲ ਜਿਹੜੀ ਆ ਉਹਨੂੰ ਵੇਟ ਦਿੱਤਾ ਜਾਏਗਾ। ਇੱਥੇ ਦੀ ਗੱਲ ਕਰ ਯਾਰ, ਪਾਲਿਸੀ ਦੀ ਗੱਲ, ਜਿਵੇਂ ਮੈਨੀਫੈਸਟੋ ਦੇ ਵਿੱਚ ਅਨਾਊਂਸ ਕੀਤਾ ਗਿਆ ਸੀਗਾ, ਇਹ ਇਨ ਬਿਨ ਪਾਲਿਸੀ OTS ਜਿਹੜੀ ਆ ਰਹੀ ਹੈ ਇਲੀਗਲ ਕਾਲੋਨੀਜ਼ ਵਾਸਤੇ, ਇਨ ਬਿਨ ਉਸ ਤਰੀਕੇ ਆ ਰਹੀ ਹੈ, ਔਰ ਇੰਨੀ ਜ਼ਿਆਦਾ ਕੰਸਲਟੇਸ਼ਨ ਕਾਲੋਨਾਈਜ਼ਰਾਂ ਨਾਲ, ਉਹਨਾਂ ਦੇ ਨੁਮਾਇੰਦਿਆਂ ਨਾਲ, ਜਿਹੜੇ ਲੋਕਲ ਰੀਪ੍ਰਜੈਂਟੇਟਿਵ ਸੀਗੇ, ਪੋਲੀਟੀਕਲ MLAs ਸਾਰਿਆਂ ਤੋਂ ਲੈ ਕੇ, ਇਸ ਵਾਰ ਜੇ ਮੈਂ ਕਹਾਂ ਹਾਊਸਿੰਗ ਵਾਲੇ ਮਹਿਕਮੇ ਨੇ ਕੋਈ ਵੀ ਵਸੀਲਾ ਨਹੀਂ ਛੱਡਿਆ ਜਿਹਦੇ 'ਚ ਕਿਸੇ ਦੀ ਰਾਏ ਨੂੰ ਵਿੱਚ ਇਨਕਾਰਪੋਰੇਟ ਨਹੀਂ ਕੀਤਾ, ਔਰ ਕਈ ਜਗ੍ਹਾ ਤਾਂ ਇੰਨੀਆਂ ਜ਼ਿਆਦਾ ਸਹੂਲਤਾਂ ਦੇ ਦਿੱਤੀਆਂ। ਮੈਨੂੰ ਲੱਗਦਾ ਵੀ ਇਹ ਪਾਲਿਸੀ ਦੇ ਆਉਣ ਨਾਲ ਕਾਰੋਬਾਰ ਨੂੰ, ਖਾਸ ਤੌਰ 'ਤੇ ਰੀਅਲ ਇਸਟੇਟ ਦੇ ਕਾਰੋਬਾਰ ਨੂੰ, ਕੋਲੋਨਾਈਜ਼ਰਾਂ ਨੂੰ ਬਹੁਤ ਫਾਇਦਾ ਮਿਲਣ ਵਾਲਾ। ਨੋ ਡਾਊਟ ਸਰਕਾਰ ਦੇ ਕੋਫਰ 'ਚ ਵੀ ਪੈਸਾ ਆਏਗਾ, ਪਰ ਜਿਹੜੇ ਲੋਕ ਇਸ ਵੇਲੇ ਮੁਸ਼ਕਿਲਾਂ ਦੇ ਵਿੱਚ ਸੀਗੇ, ਉਹਨਾਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਊਗਾ। ਦੇਖੋ, ਤੁਹਾਨੂੰ ਪਤਾ ਵੀ ਇਹ ਕਈ ਦਿਨਾਂ ਦਾ ਕੋਲੋਨਾਈਜ਼ਰਸ ਦਾ ਇਸ਼ੂ ਚੱਲ ਰਿਹਾ ਸੀ, ਅਤੇ ਅੱਜ ਖਾਸ ਤੌਰ 'ਤੇ ਮੰਤਰੀ ਸਾਡੇ ਜਿਹੜੇ ਕੈਬਨਿਟ ਮਿਨਿਸਟਰ ਨੇ ਤ੍ਰਿਪਤਿੰਦਰ ਬਾਜਵਾ ਜੀ, ਜਿਨ੍ਹਾਂ ਦੇ ਕੋਲ ਹਾਊਸਿੰਗ ਮਹਿਕਮਾ ਵੀ ਆ, ਅਤੇ ਉਹ ਜੋ ਮੈਨੀਫੈਸਟੋ 'ਚ ਚੋਣ ਮਨੋਰਥ ਪੱਤਰ ਦੇ ਵਿੱਚ ਕਾਂਗਰਸ ਪਾਰਟੀ ਨੇ ਵਾਅਦਾ ਕੀਤਾ ਸੀ ਉਹ ਲਾਗੂ ਕਿਵੇਂ ਕਰਨਾ, ਇਸ ਕਰਕੇ ਮੰਤਰੀ ਜੀ ਆਪ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜੀ ਨੇ ਸਾਰਿਆਂ ਨੂੰ ਹੁਕਮ ਕੀਤਾ ਵੀ ਲੋਕਾਂ 'ਚ ਜਾ ਕੇ ਉਹਨਾਂ ਨੂੰ ਪੁੱਛੋ ਜੋ ਜੋ ਉਹ ਚੀਜ਼ਾਂ 'ਚ ਸਲਾਹ ਲਈ ਆ, ਜੋ ਜੋ ਦੱਸੇ ਆ ਇਸ਼ੂਜ਼। ਅਤੇ ਮੈਂ ਸਮਝਦਾ ਮੰਤਰੀ ਜੀ ਨੇ ਕਿਹਾ ਵੀ ਜੋ ਸਾਰੀ ਰਿਪੋਰਟ ਆ ਉਹ ਬੁੱਧਵਾਰ ਨੂੰ ਅਸੀਂ ਪਾਲਿਸੀ ਬਣਾ ਕੇ ਮੁੱਖ ਮੰਤਰੀ ਜੀ ਦੇ ਮੂਹਰੇ ਰੱਖਾਂਗੇ। ਅਤੇ ਸਾਰੇ ਤੁਹਾਡੇ ਮੂਹਰੇ ਦੇਖਿਆ ਤੁਸੀਂ, ਜਿਹੜੇ ਪ੍ਰੈਜ਼ੀਡੈਂਟ ਨੇ ਕੋਲੋਨਾਈਜ਼ਰਸ ਦੇ ਸਾਰਿਆਂ ਨੇ, ਉਹਨਾਂ ਨੇ ਬੜੀ ਤਸੱਲੀ ਪ੍ਰਗਟ ਕੀਤੀ ਆ ਵੀ ਜੋ ਜੋ ਇਸ਼ੂ ਪਿਛਲੀ ਵਾਰ ਰਹਿ ਗਏ ਸੀਗੇ, ਜੋ ਅਕਾਲੀ ਦਲ ਗੌਰਮੈਂਟ ਇੱਕ ਪਾਲਿਸੀ ਬਣੀ ਸੀ 16 'ਚ, ਉਹਦੇ ਵਿੱਚ ਜਿਹੜੇ ਇਸ਼ੂ ਰਹਿ ਗਏ ਸੀਗੇ, ਅਤੇ ਉਹ ਸਾਰੇ ਇਸ਼ੂਜ਼ ਨੇ ਜਿਹੜੇ ਆ ਇਸ ਵਾਰ ਉਹ ਸੌਟ ਆਊਟ ਕਰਕੇ ਇਹ ਨਵੀਂ ਪਾਲਿਸੀ ਆ ਜਿਹੜੀ ਲੋਕਾਂ ਦੇ ਮੂਹਰੇ ਰੱਖੀ ਜਾ ਰਹੀ ਹੈ, ਜਿਹਦੇ ਵਿੱਚ ਬਹੁਤ ਵੱਡਾ ਫਾਇਦਾ ਜਿਨ੍ਹਾਂ ਦੇ ਪਲੋਟ ਨੇ ਉਹਨਾਂ ਨੂੰ ਵੀ, ਅਤੇ ਜਿਨ੍ਹਾਂ ਦੀਆਂ ਕੋਲੋਨਾਈਜ਼ਰ ਨੇ ਜਿਹੜੇ ਮਾਲਕਾਂ ਨੂੰ, ਉਹਨਾਂ ਨੂੰ ਬਹੁਤ ਵੱਡਾ ਜਿਹੜਾ ਲਾਭ ਆ, ਜਿਹੜਾ ਜੈਨੂਅਨ ਲਾਭ ਆ, ਉਹ ਹੋਣ ਜਾ ਰਿਹਾ ਹੈ। ਜਾਗਤੀ ਲੜਕੀ ਲਈ ਲੁਧਿਆਣਾ ਸੇ ਸੁਰਿੰਦਰ ਉੜਾਕੀ ਰਿਪੋਰਟ।